ਇਹ ਸ਼ਖਸ ਜਿਹੜਾ ਤੁਹਾਨੂੰ ਤਸਵੀਰ 'ਚ ਨਜ਼ਰ ਆ ਰਿਹਾ ਤਰਲੋਕ ਸਿੰਘ 1/12/1968 ਜਨਮ ਤਾਰੀਖ ਸੀ ਤੇ 24/8/2023 24 ਅਗਸਤ 2023 ਇਹਨਾਂ ਦੀ ਦੁਨੀਆ ਤੋਂ ਜਾਣ ਦੀ ਤਾਰੀਖ ਹੈ। 8 ਮਹੀਨੇ ਪਹਿਲਾਂ ਨਵੰਬਰ ਦੀ ਗੱਲ ਹੈ 2022 ਦੀ ਤਾਂ ਇਹ ਸਾਡੇ ਨਾਲ ਖੜੇ ਹੋਏ ਸੀਗੇ ਜਿਉਂਦੇ ਜਾਗਦੇ। ਇਹਨਾਂ ਦੀ ਇਹ ਬੇਟੀ ਵੀ ਨਾਲ ਸੀ, ਇਹਨਾਂ ਦੇ ਘਰ ਦੇ ਵੀ ਨਾਲ ਸੀ। ਉਹੀ ਕਹੀਏ ਸਦਮਾ ਤਰਲੋਕ ਸਿੰਘ ਉਹਨਾਂ ਨੂੰ ਅਜਿਹਾ ਲੱਗਿਆ ਕਿ ਅੱਜ ਅਸੀਂ ਫੇਸ 11 ਦੇ ਸਪਾਰਕ 'ਚ ਖੜੇ ਹਾਂ ਅਤੇ ਬਿਲਕੁਲ ਮੇਰੇ ਖੱਬੇ ਹੱਥ 100 ਮੀਟਰ 'ਤੇ ਵੀ ਨਹੀਂ ਗੁਰਦੁਆਰਾ ਹੈ ਜਿੱਥੇ ਇਹਨਾਂ ਦੀ ਹੁਣੇ ਅੰਤਮ ਅਰਦਾਸ ਹੋਈ ਹੈ। ਹਾਈ ਕੋਰਟ ਤੱਕ ਵੀ ਇਹਨਾਂ ਨੇ ਲੜਾਈ ਲੜੀ, ਕੇਸ ਹਲੇ ਵੀ ਚੱਲ ਰਿਹਾ। ਇੱਕ ਚੀਜ਼ ਇਹਨਾਂ ਨੂੰ ਨਹੀਂ ਮਿਲ ਪਾਈ ਸੀ, ਉਹ ਸੀ ਇਨਸਾਫ। ਔਰ ਸਭ ਦੇ ਚਿਹਰੇ ਤੁਸੀਂ ਦੇਖੋ, ਉਦਾਸ ਨੇ, ਗਮਗੀਨ ਨੇ, ਸੋਗ 'ਚ ਡੁੱਬੇ ਹੋਏ ਨੇ ਕਿ ਯਾਰ ਫੈਕਟਰੀ ਕੀ ਬੰਦ ਹੋਈ ਕਿ ਅਸੀਂ ਲੁੱਟੇ ਗਏ, ਸੜਕ 'ਤੇ ਆ ਗਏ। ਅਤੇ ਜਿੰਨਾ ਚਿਰ ਪਿਤਾ ਜੀ ਦੀ ਨੌਕਰੀ ਚੱਲਦੀ ਰਹੀ, ਘਰ ਠੀਕ ਚੱਲਦਾ ਸੀ ਖਰਚਾ ਵਗੈਰਾ ਸਭ? ਹਾਂਜੀ, ਵਧੀਆ ਖਰਚਾ ਚੱਲਦਾ ਸੀਗਾ ਜੀ ਉਦੋਂ ਤੱਕ, ਜਦੋਂ ਤੱਕ ਫਾਦਰ ਸਾਹਿਬ ਨੌਕਰੀ ਕਰਦੇ ਸੀ। ਉਸ ਤੋਂ ਬਾਅਦ ਮੇਰਾ ਇੱਕਦਮ ਧੱਕਾ ਲੱਗਣਾ, ਸਿਰਫ ਸਾਨੂੰ ਨਹੀਂ ਜਿੰਨੇ ਵੀ ਇੰਪਲਾਈ ਸੀਗੇ ਫਿਲਿਪਸ ਦੇ ਸਭ ਨੂੰ ਇੱਕ ਹਿਸਾਬ ਦਾ ਧੱਕਾ ਹੀ ਲੱਗਾ। ਅਤੇ ਅੱਜ ਦੇ ਟਾਈਮ 'ਤੇ ਸਾਨੂੰ ਇੰਨਾ ਕੁ ਵੱਡਾ ਧੱਕਾ ਲੱਗਾ ਕਿ ਫਾਦਰ ਸਾਹਿਬ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ। ਰੋਜ਼ਗਾਰ ਕਹਿ ਲਓ, ਆਪਾਂ ਅਗਰ ਛੱਡਦੇ ਵੀ ਹਾਂ ਤਾਂ ਸਾਨੂੰ ਅਗਰ 1 ਮਹੀਨੇ ਦੇ ਜਾਂ ਨੈਕਸਟ 15 ਦਿਨ ਨਹੀਂ ਵੀ ਮਿਲਦਾ ਤਾਂ ਘਰ ਦੀ ਸਥਿਤੀ ਇੱਕ ਹਿਸਾਬ ਦੀ ਸਟੇਬਲ ਕਰਨੀ ਬਹੁਤ ਔਖੀ ਹੋ ਜਾਂਦੀ। ਦਰਦ ਜਦੋਂ ਬਾਹਰ ਆਏਗਾ ਤਾਂ ਹੀ ਲੋਕਾਂ ਨੂੰ ਅਹਿਸਾਸ ਹੋਏਗਾ, ਸਰਕਾਰਾਂ ਨੂੰ, ਹੁਕਮਰਾਨਾਂ ਨੂੰ, ਵੀ ਅਸੀਂ ਇਹ ਕੀਤਾ ਕੀ ਹੈ। ਅਤੇ ਕਿੱਦਾਂ ਸੋਚਦੇ ਹੋ ਕੀ ਸਿਸਟਮ ਰਹੇਗਾ? ਜਿਹੜਾ ਕੇਸ ਡੈਡੀ ਲੜ ਰਹੇ ਸੀ ਫੈਕਟਰੀ ਦੇ ਵਿੱਚ, ਉਹ ਕੇਸ ਅੱਜ ਵੀ ਚੱਲ ਰਿਹਾ, ਕਰੋਗੇ ਅੱਗੇ ਫਾਈਟ? ਜ਼ਰੂਰ ਕਰਾਂਗੇ, ਮਦਰ ਖੜੇ ਆ ਸਾਡੇ, ਮਦਰ ਕਰਨਗੇ ਫਾਈਟ। ਬਾਕੀ ਇੰਪਲੋਈਜ਼ ਖੜੇ ਆ ਫਿਲਿਪਸ 'ਤੇ, ਕਰਨਗੇ। ਜੇਪੀ ਅੰਕਲ ਖੜੇ ਆ, ਕਰਨਗੇ, ਜ਼ਰੂਰ ਕਰਨਗੇ। ਹਾਲੇ ਤੱਕ ਜਤਿੰਦਰ ਕਿੰਨੇ ਕੁ ਮੁਲਾਜ਼ਮ ਫੈਕਟਰੀ ਬੰਦ ਹੋਣ ਤੋਂ ਬਾਅਦ ਸਵਰਗਵਾਸ ਹੋ ਚੁੱਕੇ? ਤੇਲੀ ਫੈਕਟਰੀ 2018 ਤੋਂ ਬੰਦ ਹੋਈ ਆ, ਹਰ ਮਹੀਨੇ ਤਕਰੀਬਨ 1 ਵਰਕਰ ਦੀ ਚੜ੍ਹਾਈ ਕਰ ਰਿਹਾ, 100 ਤੋਂ ਉੱਪਰ ਸਾਡੇ ਵਰਕਰ ਮਰ ਚੁੱਕੇ ਆ, ਹਾਰਟ ਫੇਲ, ਦਿਮਾਗ ਦੀ ਨਸ ਪੜ ਕੇ ਲਈ, ਮੈਡੀਕਲ ਦੀ ਪੋਸਟਮਾਰਟਮਾਂ 'ਚ ਚੀਜ਼ਾਂ ਆ ਰਹੀਆਂ। ਬਿਮਾਰ ਉਸ ਤੋਂ ਬਾਅਦ 50 ਸਾਲ ਦੀ ਉਮਰ 'ਚ ਨੌਕਰੀ ਕੱਢ ਦਿੱਤੀ ਗਈ, ਨੌਕਰੀ ਤੋਂ ਕੱਢ ਦਿੱਤਾ ਗਿਆ। ਔਰ ਰੀਜ਼ਨ ਕੀ ਲਿੱਤਾ ਗਿਆ ਕਿ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਿਹਾ, ਉਹ ਚੀਜ਼ ਨਹੀਂ ਬੰਦੇ ਬਰਦਾਸ਼ਤ ਕਰ ਸਕਦੇ, ਯਾਰ ਮੈਂ ਆਪਣੀ ਮਰਜ਼ੀ ਨਾਲ ਕਿੱਦਾਂ ਨੌਕਰੀ ਛੱਡ ਦੂੰਗਾ। ਜਿਵੇਂ ਬਾਬਾ ਜੀ ਸਾਡੇ ਤਰਲੋਕ ਸੀਗੇ, ਇਹਨਾਂ ਤੋਂ ਵੱਡੀਆਂ ਵੱਡੀਆਂ 50 ਕਿਲੋ ਦੀਆਂ ਮੋਟਰਾਂ ਸਵੇਰੇ ਬੇਸਮੈਂਟ ਤੋਂ ਉੱਪਰ ਖਾ ਦਿੰਦੇ ਸੀਗੇ, ਸ਼ਾਮ ਨੂੰ ਕੱਪੜਾ ਮਾਰ ਕੇ ਫਿਰ ਨੀਚੇ ਰਖਾ ਦਿੰਦੇ ਸੀਗੇ, ਫਿਰ ਅਲੱਗ ਅਲੱਗ ਡਿਪਾਰਟਮੈਂਟਾਂ 'ਚ ਬਦਲੇ ਜਾਂਦੇ ਸੀਗੇ। ਔਰ ਬੰਦਿਆਂ ਦੇ ਜੋ ਮੈਂਟਲੀ ਉਸ ਟਾਈਮ ਚੀਜ਼ ਦਿਮਾਗ 'ਚੋਂ ਨਿਕਲੀ ਨਹੀਂ, ਹੁਣ ਮੇਰੇ ਨਾਲ ਬੜੇ ਖੜੇ ਨੇ ਜਿਹਨਾਂ ਪੈਰਲਾਈਜ਼ ਹੋਇਆ ਖੜੇ ਆ, ਉਹ ਦਿਮਾਗ 'ਚੋਂ ਚੀਜ਼ ਨਿਕਲਦੀ ਨਹੀਂ, ਯਾਰ ਅਸੀਂ ਕਿੱਦਾਂ ਆਪ ਹੀ ਆਪਣੇ ਪੈਰਾਂ 'ਤੇ ਕਾੜ ਹੀ ਮਾਰ ਕੇ ਨੌਕਰੀ ਕਿੱਦਾਂ ਛੱਡ ਸਕਦੇ ਹਾਂ? ਗੁੱਲ ਮੋਹਰ ਜਿਹੜੀ ਹੈਗੀ ਆ, ਗੁੱਲ ਮੋਹਰ ਦੇ ਕੋਲ ਪੈਸਾ ਨਹੀਂ ਸੀ, ਇਹਦੇ 'ਚ ਪੈਸਾ ਲੱਗਿਆ ਬੀਜੇਪੀ ਦੇ ਲੀਡਰਾਂ ਦਾ, ਕਾਂਗਰਸ ਦੇ ਲੀਡਰਾਂ ਦਾ। ਨਾਮ ਹੈ ਨੇ ਚਿੱਤੇ? ਨਾਮ ਹੈ ਜੀ, ਦੱਸੋ। ਭਗਵੰਤ ਮਾਨ ਸਰਕਾਰ ਨੂੰ ਪਤਾ ਨਹੀਂ ਹੈਗਾ ਕਿਉਂ ਨਹੀਂ ਕਰਦੀ ਕਾਰਵਾਈ ਮੈਨੇਜਮੈਂਟ ਦੀ। ਤਿੰਨਾਂ ਦਾ ਪੈਸਾ ਗੁਲਮੋਹਰ 'ਚ ਲੱਗਿਆ ਹੋਇਆ? ਗੁਲਮੋਹਰ ਦੇ ਵਿੱਚ ਲੱਗਿਆ ਹੋਇਆ ਜੀ ਇਹਦਾ ਪੈਸਾ। ਇਹ ਇਮਾਨਦਾਰ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਉਹਦੀ ਜੜ੍ਹ ਦੇ ਵਿੱਚ ਇਹ ਕੰਮ ਹੋ ਰਿਹਾ? ਚੰਡੀਗੜ੍ਹ ਵਰਗੇ ਸ਼ਹਿਰ ਦੇ ਨਾਲ ਮੋਹਾਲੀ ਦੇ ਵਿੱਚ ਇਹ ਹੈ। ਭਗਵੰਤ ਮਾਨ ਜੀ ਸਾਨੂੰ ਬੁਲਾ ਲੈਣ, ਅਸੀਂ ਦੱਸ ਦਿੰਦੇ ਹਾਂ ਜਾ ਕੇ ਉਹਨਾਂ ਨੂੰ। ਹਾਲੇ ਤੱਕ ਫਿਰ ਜਿਹੜੀ ਕਾਰਵਾਈ ਹੋਈ ਉਹ ਕੀ ਸਮਝ ਰਹੇ ਹੋ, ਵੀ ਘੱਟਾ ਹੀ ਪਾਇਆ ਤੁਹਾਡੀ ਅੱਖਾਂ 'ਚ? ਅੱਜ ਦੀ ਡੇਟ ਤੱਕ ਦਾ ਘੱਟਾ ਹੀ ਆ ਸਾਡੇ। ਅਗਰ ਮੈਨੇਜਮੈਂਟ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਹੈਗੀ ਜਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਮੰਨਦੇ ਹੈਗੇ। ਮੈਨੇਜਮੈਂਟ ਆਜ਼ਾਦ ਘੁੰਮ ਰਹੀ ਆ, ਮੈਨੇਜਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਸਾਡਾ ਵਰਕਰ ਮਰ ਰਿਹਾ ਹੈ। ਦੇਖੋ ਇਸ ਸਕੈਮ ਵਿੱਚ 121 ਕਰੋੜ ਦੀ ਰਜਿਸਟਰੀ ਹੋਈ ਆ, ਉਸ ਟਾਈਮ ਗੁਲਮੋਹਰ ਨੇ ਕੀਤੀ ਆ, ਔਰ ਤਿੰਨੇ ਲੀਡਰਾਂ ਦੇ ਪੈਸੇ ਲੱਗੇ ਹੋਏ ਨੇ ਅਤੇ ਅਸੀਂ ਵੋਟਾਂ ਪਾ ਰਹੇ ਹਾਂ, ਤਿੰਨਾਂ ਨੇ ਇਨਵੈਸਟ ਕੀਤੇ ਆ ਜੀ। ਰਕਮ ਦੱਸ ਸਕਦੇ ਹੋ ਕਿੰਨੇ ਕਿੰਨੇ? ਰਕਮ ਹੈ ਜੀ 3 ਕਰੋੜ, 7 ਕਰੋੜ MLA, 52 ਸਭ ਤੋਂ ਜ਼ਿਆਦਾ BJP ਵਾਲੇ। ਹਾਂਜੀ, ਬੈਂਕ ਡਿਟੇਲ ਆ, ਉੱਥੇ ਜਾ ਕੇ ਕਢਵਾ ਸਕਦੇ ਹੋ ਜੇ ਮੈਂ ਝੂਠ ਬੋਲ ਰਿਹਾ। ਠੀਕ ਹੈ, ਇਹ ਕਿਉਂ ਨਹੀਂ ਸਾਡੀ ਮਦਦ ਕਰਨਗੇ? ਇਹਨਾਂ ਨੂੰ ਤਾਂ ਇਹ ਆ ਕਿ ਅਸੀਂ ਕਿਸੇ ਤਰ੍ਹਾਂ ਸਾਡਾ ਪੈਸਾ ਨਾ ਡੁੱਬ ਜੇ, ਉਹਨਾਂ ਨੂੰ 1500 ਪਰਿਵਾਰ ਕੁਛ ਨਹੀਂ ਦਿਖ ਰਿਹਾ। ਉਸ ਤੋਂ ਬਾਅਦ ਨਾ ਕੋਈ ਪੁੱਛ ਨਾ ਕੋਈ ਕੁਛ, ਮਰਦਾ ਕੋਈ ਮਰੀ ਜਾਵੇ, ਇਹਨਾਂ ਨੂੰ ਕੁਛ ਨਹੀਂ, ਇਹਨਾਂ ਸਿਰਫ ਆਪਣੀ ਰੋਟੀਆਂ ਸੇਕਣੀਆਂ ਔਰ ਸੇਕ ਰਹੇ ਨੇ।
सो 9 महीने पहले गल करा थोड़े न ये शख्स जिहड़ा अज तुहानूं तस्वीर च नज़र आ रहा है तरलोक सिंह 1/12/1968 जन्म तारीख सी ते 24/8/20 उते ही 24 अगस्त 20 उते ही इन्हां दी दुनिया तो जाण दी तारीख है। 8 महीने पहला नवंबर की गल है 2022 की तो यह साढ़े नाल खड़े हुए सीगे जिंदे जागते इन्हां दी ये बेटी भी नाल सी इन्हां दे घर दे भी नाल सीगे और अपना दर्द बयान कर रहे सीगे। साढ़े दर्शकों नूं याद होएगा फिलिप्स फैक्ट्री की असी कहानी दिखाई सी तुहानूं कि एक सफलतापूर्वक चल रही फैक्टरी किदां बर्बाद होगी उही कहीए सदमा तरलोक सिंह उन्हां नूं अजिहा लग्गिया कि अज असी फेज 11 दे इस पार्क च खड़े हाँ तो बिल्कुल मेरे खब्बे हथ 100 मीटर ते भी नहीं गुरद्वारा है जिथे इन्हां दी हुणे अंतम अरदास होई है भाव कहीए भोग पै के हटिया। हाई कोर्ट तक भी इन्हां ने लड़ाई लड़ी केस हले भी चल रहा है एक चीज़ इन्हां नूं नहीं मिल पाई सी उह सी इंसाफ। कैमरामैन नूं कहिंगे एक बार दिखाणगे सारे शख्स जिहड़े ने तरलोक सिंह उन्हां दे ही साथी ने कदी इन्हां नाल काम करदे हुंदे सी फैक्टरी च ते अज सारे उन्हां दी अंतम अरदास च शामिल होण आए सीगे और सब दे चेहरे तुसीं देखो उदास ने गमगीन ने सोग च डुब्बे होए ने कि यार फैक्टरी की बंद होई कि असी लुट्टे गए सड़क ते आ गए भाव कहीए किसी दे पैर नहीं लगे हल तक घर दे खर्चे भी चलाने औखे हो गए। साढ़े दर्शकों नूं याद भी होएगा ये बेटी उस टाइम कहिंदी सी कि मैं नर्स बनना चाहुंदी हाँ नर्सिंग करना चाहुंदी हाँ ते जे पापा की नौकरी ठीक ठाक रहिंदी मैं शायद कर भी जाती नर्सिंग। सो थोड़ा वो सीगा उस टाइम तुसीं तुहानूं याद होगा गल कीती सी नर्स की आ रहे हुण मन च कुछ नहीं आ रहा पापा छड़ के चले गए बहुत औखा पापा मिलना। अच्छा जी नौकरी रह जाती डैडी दी ਤੁਹਾਡਾ ਸੁਪਨਾ ਹੋ ਜਾਣਾ ਸੀ ਪੂਰਾ ਬਿਲਕੁਲ ਹੋ ਜਾਣਾ ਸੀ ਸਾਨੂੰ ਪਤਾ ਸੀ ਪਾਪਾ ਦੀ ਨੌਕਰੀ ਰਹਿ ਜਾਂਦੀ ਤਾਂ ਮੇਰਾ ਸੁਪਨਾ ਜ਼ਰੂਰ ਪੂਰਾ ਹੋਣਾ ਸੀ। ਆਪਾਂ ਗੱਲ ਕਰੀਏ ਉਹਨਾਂ ਧਰਮਪਤੀ ਸਾਹਿਬ ਨਾਲ ਕਰਨੇ ਤਰਲੋਕ ਸਿੰਘ ਉਹਨਾਂ ਦੇ 4 ਬੱਚੇ ਨੇ 2 ਧੀਆਂ ਨੇ 2 ਪੁੱਤਰ ਵੀ ਹੈਗੇ ਨੇ ਸੋ ਇਹ ਬੇਟੀ ਹੈ ਛੋਟੇ ਵਾਲੀ ਕਹਿੰਦੀ ਜੇ ਕਿਤੇ ਨਾ ਕਿਤੇ ਫੈਕਟਰੀ ਉਹ ਚੱਲਦੀ ਹੁੰਦੀ ਤਾਂ ਮੈਂ ਸ਼ਾਇਦ ਨਰਸ ਬਣਦੀ ਲੋਕਾਂ ਦੀ ਸੇਵਾ ਕਰਨ ਦਾ ਮਨ 'ਚ ਜਜ਼ਬਾ ਸੀਗਾ। ਕਿੰਨਾ ਚਿਰ ਭਾਅ ਜੀ ਨੇ ਨੌਕਰੀ ਕੀਤੀ ਫੈਕਟਰੀ 'ਚ ਨਹੀਂ ਬੋਲੇ ਜਾਣਾ ਅੰਦਾਜ਼ਾ ਕੋਈ ਤੁਹਾਨੂੰ ਪਤਾ ਹੋਵੇ 15 ਸਾਲ 20 ਸਾਲ ਕਿੰਨਾ ਚਿਰ ਨੌਕਰੀ ਕੀਤੀ ਪਿਤਾ ਜੀ ਨੇ ਤਕਰੀਬਨ 20 ਸਾਲ ਕੀਤੀ 20 ਸਾਲ ਕੀਤੀ ਤੇ ਜਿੰਨਾ ਚਿਰ ਪਿਤਾ ਜੀ ਦੀ ਨੌਕਰੀ ਚੱਲਦੀ ਰਹੀ ਘਰ ਠੀਕ ਚੱਲਦਾ ਸੀ ਖਰਚਾ ਵਗੈਰਾ ਸਭ? ਹਾਂਜੀ ਵਧੀਆ ਖਰਚਾ ਚੱਲਦਾ ਸੀਗਾ ਜੀ ਉਦੋਂ ਤੱਕ ਜਦੋਂ ਤੱਕ ਫਾਦਰ ਸਾਹਿਬ ਨੌਕਰੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਇੱਕਦਮ ਧੱਕਾ ਲੱਗਣਾ ਸਿਰਫ ਸਾਨੂੰ ਨਹੀਂ ਜਿੰਨੇ ਵੀ ਇੰਪਲਾਈਜ਼ ਸੀਗੇ ਫਿਲਿਪਸ ਦੇ ਸਭ ਨੂੰ ਇੱਕ ਹਿਸਾਬ ਦਾ ਧੱਕਾ ਹੀ ਲੱਗਾ ਅਤੇ ਅੱਜ ਦੇ ਟਾਈਮ 'ਚ ਸਾਨੂੰ ਇੰਨਾ ਕੁ ਵੱਡਾ ਧੱਕਾ ਲੱਗਾ ਕਿ ਫਾਦਰ ਸਾਹਿਬ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਅਤੇ ਸੋ ਇਹ ਜਿਹੜਾ ਪਰਿਵਾਰ ਦਾ ਦਰਦ ਨਿਕਲ ਰਿਹਾ ਅੱਖਾਂ 'ਚ ਹੰਝੂ ਨਿਕਲ ਰਹੇ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਜਿਹੜੇ ਵੱਖੋ ਵੱਖ ਮੰਤਰੀ ਰਹੇ ਕਾਂਗਰਸ ਸਰਕਾਰ 'ਚ ਜੇਲ੍ਹ ਵੀ ਗਏ ਨੇ ਇਹ ਉਸੇ ਫਿਲਿਪਸ ਫੈਕਟਰੀ ਦੀ ਗੱਲ ਹੋ ਰਹੀ ਹੈ ਕਿਉਂਕਿ ਸਾਡੇ ਲਈ ਕਈ ਵਾਰ ਬੜਾ ਮੁਸ਼ਕਿਲ ਹੋ ਜਾਂਦਾ ਮਾਹੌਲ ਦੇਖੀਏ ਮੌਕਾ ਦੇਖੀਏ ਪਰ ਦਰਦ ਜਦੋਂ ਬਾਹਰ ਆਏਗਾ ਤਾਂ ਹੀ ਉਹ ਲੋਕਾਂ ਨੂੰ ਅਹਿਸਾਸ ਹੋਏਗਾ ਸਰਕਾਰਾਂ ਨੂੰ ਹੁਕਮਰਾਨਾਂ ਨੂੰ ਵੀ ਅਸੀਂ ਇਹ ਕੀਤਾ ਕੀ ਹੈ। ਅਤੇ ਅੱਛਾ ਜਦੋਂ ਫਿਰ ਪਿਤਾ ਜੀ ਦੀ ਨੌਕਰੀ ਚਲੀ ਗਈ ਸੀ ਮੁੜ ਕੇ ਨਹੀਂ ਫਿਰ ਪੈਰ ਲੱਗੇ ਘਰ ਦੀ ਸਥਿਤੀ ਠੀਕ ਨਹੀਂ ਹੋ ਪਾਈ? ਫਿਰ ਤਾਂ ਇੱਕਦਮ ਦੇਖੋ ਘਰ ਦੀ ਸਥਿਤੀ ਸਟੇਬਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿ ਹੁਣ ਜਿਵੇਂ ਆਪਾਂ ਵੈਸੇ ਵੀ ਇੱਕ ਗੋਲ ਤੌਰ 'ਤੇ ਗੱਲ ਕਰ ਲਈਏ ਅਗਰ ਅਸੀਂ ਨੌਕਰੀ ਕੋਈ ਵੀ ਹੈ ਨੌਕਰੀ ਛੱਡਦੇ ਵੀ ਹਾਂ ਰੋਜ਼ਗਾਰ ਕਿਸੇ ਦਾ ਕਹਿ ਲਓ ਰੋਜ਼ਗਾਰ ਕਹਿ ਲਓ ਆਪਾਂ ਅਗਰ ਛੱਡਦੇ ਵੀ ਹਾਂ ਤਾਂ ਸਾਨੂੰ ਅਗਰ 1 ਮਹੀਨੇ ਜਾਂ ਨੈਕਸਟ 15 ਦਿਨ ਨਹੀਂ ਵੀ ਮਿਲਦਾ ਤਾਂ ਘਰ ਦੀ ਸਥਿਤੀ ਇੱਕ ਹਿਸਾਬ ਦੀ ਸਟੇਬਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਤਾਂ ਇਸ ਕਰਕੇ ਉਹਨਾਂ ਦੀ ਤਾਂ ਪੱਕੀ ਜਿਹੜੀ ਜੋਬ ਸੀਗੀ ਉਹੀ ਚਲੇਗੀ ਅਤੇ ਆਪ ਉਹ ਕਰ ਅੱਗੇ ਸਾਰੇ ਸਮਝਦਾਰ ਨੇ ਵੀ ਸਥਿਤੀ ਸਟੇਬਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਘਰ ਦੀ। ਤੁਸੀਂ ਵੀ ਬੇਟੇ ਹੋ ਤਰਲੋਕ ਜੀ ਦੇ? ਹਾਂਜੀ। ਕੀ ਲੱਗ ਰਿਹਾ ਹੁਣ ਕਿ ਕੀ ਜ਼ਿੰਦਗੀ ਹੈ ਭੁੱਖ ਕੀ ਹੈ? ਜ਼ਿੰਦਗੀ ਤਾਂ ਹੁਣ ਅਨਾਵੇਂ ਖੜ ਗਈ ਜਿਵੇਂ ਧੱਕਾ ਵਗੈਰਾ ਲੱਗਦਾ ਜੀ। ਹਾਂਜੀ। ਅੱਛਾ ਨਹੀਂ ਮਤਲਬ ਡੈਡੀ ਜਦੋਂ ਕੰਮ ਚਲਾ ਗਿਆ ਸੀ ਇਹ ਫੈਕਟਰੀ ਬੰਦ ਹੋ ਗਈ ਸੀ ਉਸ ਟਾਈਮ ਹੀ ਬਿਮਾਰ ਹੋਣਾ ਸ਼ੁਰੂ ਹੋ ਗਏ ਸੀ ਹੌਲੀ ਹੌਲੀ? ਹਾਂਜੀ ਹੌਲੀ ਹੌਲੀ ਸ਼ੁਰੂ ਹੋ ਗਏ ਸੀਗੇ। ਟੈਨਸ਼ਨ ਲੈ ਲਈ ਸੀ ਮਤਲਬ? ਹਾਂਜੀ। ਅਤੇ ਕਿੱਦਾਂ ਸੋਚਦੇ ਹੁਣ ਕੀ ਸਿਸਟਮ ਰਹੇਗਾ ਜਿਹੜਾ ਕੇਸ ਡੈਡੀ ਲੜ ਰਹੇ ਸੀ ਫੈਕਟਰੀ ਦੇ ਵਿੱਚ ਉਹ ਕੇਸ ਅੱਜ ਵੀ ਚੱਲ ਰਿਹਾ ਕਰੋਂਗੇ ਅੱਗੇ ਫਾਈਟ? ਜ਼ਰੂਰ ਕਰਾਂਗੇ ਮਦਰ ਖੜੇ ਸਾਡੇ ਮਦਰ ਕਰਨਗੇ ਫਾਈਟ
ਬਾਕੀ ਇੰਪਲੋਈਸ ਖੜੇ ਆ ਫਿਲਪਸ ਤੇ ਕਰਨਗੇ, ਜੇਪੀ ਅੰਕਲ ਖੜੇ ਆ ਕਰਨਗੇ, ਜ਼ਰੂਰ ਕਰਨਗੇ। ਸੋ ਇਹ ਤਰਲੋਕ ਸਿੰਘ ਦੇ ਪਰਿਵਾਰ ਉਹਨਾਂ ਦਾ ਦਰਦ ਹੈ। ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਤਿੰਦਰ ਪਾਲ ਵੀ ਸਾਡੇ ਨਾਲ ਮੌਜੂਦ ਨੇ। ਹਾਲੇ ਤੱਕ ਜਤਿੰਦਰ ਕਿੰਨੇ ਕੁ ਮੁਲਾਜ਼ਮ ਫੈਕਟਰੀ ਬੰਦ ਹੋਣ ਤੋਂ ਬਾਅਦ ਸਵਰਗਵਾਸ ਹੋ ਚੁੱਕੇ ਨੇ? ਦੇਖ ਲਓ, ਫੈਕਟਰੀ 2018 ਤੋਂ ਬੰਦ ਹੋਈ ਆ। ਹਰ ਮਹੀਨੇ ਤਕਰੀਬਨ ਇੱਕ ਵਰਕਰ ਦੀ ਚੜ੍ਹਾਈ ਕਰ ਰਿਹਾ, 100 ਤੋਂ ਉੱਪਰ ਸਾਡੇ ਵਰਕਰ ਮਰ ਚੁੱਕੇ ਆ। ਔਰ ਸਭ ਤੋਂ ਮੇਨ ਗੱਲ ਹੈ ਕਿ ਉਹਨਾਂ ਦੇ ਮੈਡੀਕਲ ਵਿੱਚ ਇਹੀ ਆ ਰਿਹਾ ਕਿ ਹਾਰਟ ਫੇਲ, ਸਟ੍ਰੈਸ, ਦਿਮਾਗ ਦੀ ਨਸ ਫੜ ਕੇ ਲਈ ਮੈਡੀਕਲ ਦੀ ਪੋਸਟਮਾਰਟਮ ਜੇ ਚੀਜ਼ਾਂ ਆ ਰਹੀਆਂ ਨੇ। ਟੈਨਸ਼ਨ ਮਤਲਬ ਸਟ੍ਰੈਸ ਕਹਿ ਲਓ, ਤਣਾਅ ਕਹਿ ਲਓ, ਹਾਈ ਬਿਲਕੁਲ ਪਰਫੈਕਟ ਸਭ ਠੀਕ ਠਾਕ ਚੱਲ ਰਿਹਾ ਸੀਗਾ ਜੀ। ਮੈਡੀਕਲ ਬਿਲਕੁਲ ਫਿੱਟ ਸੀਗੇ ਬੰਦੇ ਜੀ। ਉਹ ਬਿਮਾਰ ਵੀ ਹੋਏ? ਬਿਮਾਰ ਉਸ ਤੋਂ ਬਾਅਦ 50 ਸਾਲ ਦੀ ਉਮਰ 'ਚ ਨੌਕਰੀ ਕੱਢ ਦਿੱਤੀ ਗਈ, ਨੌਕਰੀ ਤੋਂ ਕੱਢ ਦਿੱਤਾ ਗਿਆ। ਔਰ ਰੀਜ਼ਨ ਕੀ ਲਿੱਤਾ ਗਿਆ ਕਿ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਰਿਹਾ। ਉਹ ਚੀਜ਼ ਨਹੀਂ ਬੰਦੇ ਬਰਦਾਸ਼ਤ ਕਰ ਸਕਦੇ ਯਾਰ, ਮੈਂ ਆਪਣੀ ਮਰਜ਼ੀ ਨਾਲ ਕਿੱਦਾਂ ਨੌਕਰੀ ਛੱਡ ਦੂੰਗਾ। ਜਿਹਨੂੰ ਨਹੀਂ ਸਹਿਨ ਕਰਦੇ ਸੀ ਉਹਨੂੰ ਟੋਰਚਰ ਕੀਤਾ ਜਾਂਦਾ ਸੀ, ਜਿਵੇਂ ਬਾਬਾ ਜੀ ਸਾਡੇ ਤਰਲੋਕ ਸੀਗੇ, ਇਹਨਾਂ ਤੋਂ ਵੱਡੀਆਂ ਵੱਡੀਆਂ 50 ਕਿਲੋ ਦੀਆਂ ਮੋਟਰਾਂ ਸਵੇਰੇ ਬੇਸਮੈਂਟ ਤੋਂ ਉੱਪਰ ਖਾ ਦਿੰਦੇ ਸੀਗੇ, ਸ਼ਾਮ ਨੂੰ ਕੱਪੜਾ ਮਾਰ ਕੇ ਫਿਰ ਨੀਚੇ ਰਖਾ ਦਿੰਦੇ ਸੀਗੇ, ਫਿਰ ਅਲੱਗ ਅਲੱਗ ਡਿਪਾਰਟਮੈਂਟਾਂ 'ਚ ਬਦਲੇ ਜਾਂਦੇ ਸੀਗੇ। ਜਾਣ ਕਿੱਥੇ, ਸੁਣਨ ਵਾਲਾ ਕੋਈ ਹੈ ਨਹੀਂ ਸੀ। ਲੇਬਰ ਡਿਪਾਰਟਮੈਂਟ ਇਹਨਾਂ ਨੇ ਖਰੀਦ ਲਿਆ ਸੀਗਾ, ਪੁਲਿਸ ਇਹਨਾਂ ਦੇ ਹੱਥ ਦੀ ਸੀਗੀ। ਇਸ ਤਰ੍ਹਾਂ ਜਲੀਲ ਕਰਕੇ ਬੰਦੇ ਕੱਢੇ ਗਏ, ਔਰ ਬੰਦਿਆਂ ਦੇ ਜੋ ਮੈਂਟਲੀ ਉਸ ਟਾਈਮ ਚੀਜ਼ ਦਿਮਾਗ 'ਚੋਂ ਨਿਕਲੀ ਨਹੀਂ। ਹੁਣ ਮੇਰੇ ਨਾਲ ਬੜੇ ਖੜੇ ਨੇ ਜਿਹਨੂੰ ਪੈਰਲਾਈਜ਼ ਹੋਇਆ ਖੜੇ ਆ, ਉਹ ਦਿਮਾਗ 'ਚੋਂ ਚੀਜ਼ ਨਿਕਲਦੀ ਨਹੀਂ ਯਾਰ, ਅਸੀਂ ਕਿੱਦਾਂ ਆਪ ਹੀ ਆਪਣੇ ਪੈਰਾਂ 'ਤੇ ਕਹਾੜੀ ਮਾਰ ਕੇ ਨੌਕਰੀ ਕਿੱਦਾਂ ਛੱਡ ਸਕਦੇ ਹਾਂ। ਤੁਹਾਡੇ ਵੀ ਘਰ ਦੇ ਫੈਕਟਰੀ ਸੀ? ਹਾਂਜੀ। ਅੱਛਾ ਜੀ, ਹੁਣ ਕੀ ਕਿੱਦਾਂ? ਉਹ ਵਿਰਿੰਦਰ ਸਿੰਘ ਰਾਵਤ ਕਰਦੇ ਥੇ ਜੀ, ਉਹਦਾ ਨੌਕਰੀ ਅਬ ਕਿਆ ਹੋਣਾ। ਫਿਰ ਬੇਟਾ ਹੈ ਮੇਰਾ ਇੱਕ, ਉਸਕਾ ਵੀ 3 ਵਾਰੀ ਸਿਰ ਕਾ ਆਪਰੇਸ਼ਨ ਹੋਇਆ ਹੈ, ਬਸ ਘਰ ਕਾ ਹਾਲਤ ਖਰਾਬ ਹੈ ਜੀ, ਜਿਸ ਦਿਨ ਸੇ ਹੋ ਗਏ ਬਸ। ਅੱਛਾ, ਕਿੰਨੇ ਸਾਲ ਹੋ ਗਏ ਉਨਕੋ? ਉਨਕੋ 1.5 ਸਾਲ ਹੋ ਗਏ ਉਨਕੋ ਗਏ। ਕੋਈ ਟੈਨਸ਼ਨ ਥੀ, ਬਿਮਾਰ ਰਹਿਣੇ ਲੱਗੇ? ਕੁਛ ਵੀ ਨਹੀਂ, ਪੁੱਛ ਲਓ ਸਭ ਕੋ, ਬੁਖਾਰ ਤੱਕ ਬਣਾਤੇ ਤੱਕ ਵੀ ਇੱਕਦਮ ਸਾਰਾ ਸਰੀਰ ਖੜ ਗਿਆ, ਬਸ ਉਸੇ ਮੇਂ ਚਲੇ ਗਏ ਬਸ। ਤੁਹਾਡੇ ਘਰ ਦੇ ਵੀ? ਹਾਂਜੀ ਜੀ, ਸਾਡੇ ਹਸਬੈਂਡ ਵੀ, ਉਹਨਾਂ ਨੂੰ ਵੀ 1.5 ਸਾਲ ਹੋ ਗਿਆ ਜਿਸ ਦਿਨ ਇਹਨਾਂ ਦੇ ਹਸਬੈਂਡ ਐਕਸਪਾਇਰ ਹੋਏ, ਉਸੇ ਦਿਨ ਹੀ ਸਾਡੇ ਮੇਰੇ ਹਸਬੈਂਡ ਐਕਸਪਾਇਰ ਹੋਏ ਨੇ ਜੀ। ਉਹਨਾਂ ਦੀ 7 ਵਜੇ, ਉਹਨਾਂ ਦੀ 7 ਵਜੇ, ਮੇਰੇ ਘਰ ਵਾਲੇ ਦੀ 8:30 ਵਜੇ ਸਵੇਰੇ, ਨਹੀਂ ਸ਼ਾਮ ਕੋ ਉਸੇ ਟਾਈਮ। ਕਿੰਨਾ ਚ ਨੌਕਰੀ ਕੀਤੀ ਤੁਹਾਡੇ ਘਰ? ਉਹਨਾਂ ਨੇ 20 ਸਾਲ ਨੌਕਰੀ ਕੀਤੀ ਹੈ ਜੀ। ਉਦੋਂ ਤੱਕ ਠੀਕ ਚੱਲਿਆ ਕਰਦਾ ਸਿਸਟਮ? ਹਾਂਜੀ, ਉਦੋਂ ਤੱਕ ਬਿਲਕੁਲ ਠੀਕ ਚੱਲਿਆ ਸੀਗਾ, ਪਰ ਜਦੋਂ ਉਹਨਾਂ ਨੂੰ ਨੌਕਰੀ ਤੋਂ ਇਸ ਤਰ੍ਹਾਂ ਰਿਜ਼ਾਈਨ ਦੇਣਾ ਪਿਆ, ਔਖਾ ਕੱਢਿਆ ਉਹਨਾਂ ਨੂੰ, ਜ਼ਬਰਦਸਤੀ, ਹਾਂਜੀ ਕੱਢਿਆ ਉਹਨਾਂ ਨੂੰ। ਉਸ ਤੋਂ ਬਾਅਦ ਉਹ ਥੋੜ੍ਹਾ ਡਿਪਰੈਸ਼ਨ 'ਚ ਰਹਿਣ ਲੱਗ ਗਏ ਸੀਗੇ, ਅਤੇ ਕਿਤੇ ਨੌਕਰੀ ਨਹੀਂ ਸੀ ਮਿਲਦੀ, ਅਤੇ ਸਾਨੂੰ ਬਹੁਤ ਔਖਾ ਹੋ ਰਿਹਾ ਸੀ ਗੁਜ਼ਾਰਾ ਕਰਨਾ, ਬਹੁਤ ਹੀ ਔਖਾ ਹੋ ਰਿਹਾ ਸੀਗਾ। ਅਤੇ ਕਦੇ ਉਹ ਕਿਸੇ ਸਿਕਿਉਰਿਟੀ ਗਾਰਡ ਮੁਥੜ ਉਹਦੇ ਵਿੱਚ ਲੱਗਦੇ ਸੀਗੇ ਜੀ, ਉੱਥੇ ਵੀ ਉਹਨਾਂ ਨੂੰ ਇੰਨਾ ਨਹੀਂ ਮਿਲਦਾ ਸੀ, ਅਤੇ ਹੁਣ ਵੀ 32 ਵਿੱਚ ਲੱਗੇ ਹੋਏ ਸੀਗੇ ਲਾਸਟ ਟਾਈਮ, ਅਤੇ 32 'ਚੋਂ ਉਹਨਾਂ ਦੀ ਇੰਨੀ ਮਤਲਬ ਹੈ ਨਹੀਂ ਸੀ, ਰਿਲੀਵਰਸ ਰੱਖਿਆ ਜਾ ਰਿਹਾ ਸੀ ਉਹਨਾਂ ਨੂੰ, ਮਤਲਬ ਕਿ ਇੱਕ ਦਿਹਾੜੀ 'ਤੇ ਵੀ ਜਿਸ ਤਰ੍ਹਾਂ ਕੰਮ ਮਿਲ ਗਿਆ ਤਾਂ ਬੁਲਾ ਲਾਂਗੇ ਜੇ ਕੰਮ ਹੈ। ਹਾਂਜੀ ਹਾਂਜੀ, ਤਾਂ ਉਸ 'ਚ ਅਸੀਂ ਬਹੁਤ ਔਖਾ ਗੁਜ਼ਾਰਾ ਕਰ ਰਹੇ ਸੀਗੇ, ਅਤੇ ਇੰਨਾ ਉਹਨਾਂ ਨੂੰ ਡਿਪਰੈਸ਼ਨ ਸੀ ਬਹੁਤ ਜ਼ਿਆਦਾ, ਮਤਲਬ ਇਹੀ ਹੁੰਦਾ ਸੀਗਾ ਕਿ ਮੈਂ ਬੱਚਿਆਂ ਦੇ ਵਿਆਹ ਕਰਨੇ ਕਿੱਦਾਂ ਕਰਾਂਗਾ। ਕਿੰਨੀ ਉਮਰ ਸੀ ਜਦੋਂ ਸਵਰਗਵਾਸ ਹੋਏ? ਉਹਨਾਂ ਦੀ ਜੀ 55 ਸਾਲ ਦੀ ਸੀਗੀ, 52 ਸਾਲ ਤੋਂ ਹਜੇ ਰਹਿੰਦੇ ਸੀਗੇ 2 ਮਹੀਨੇ। ਆਪਕੇ ਘਰ ਵਾਲੇ ਕੀ ਤਬ ਕਿਤਨੀ ਥੀ ਉਮਰ? ਜਬ ਡੈਥ ਹੋਈ ਜੀ ਤਬ ਉਸਕੇ ਬਾਅਦ ਉਨਕੋ 8-9 ਸਾਲ ਲਗਾ। ਅੱਛਾ, ਮੰਨਨੇ ਕੇ ਬਾਅਦ। ਅੱਛਾ, ਫਿਰ ਜਾਣ ਤੋਂ ਬਾਅਦ ਸਥਿਤੀ ਘਰ ਦੀ, ਖਰਚਾ ਉਹ ਕਿੱਦਾਂ? ਹੋਰ ਔਖਾ ਹੈ? ਤਾਂ ਬਹੁਤ ਔਖਾ ਹੈ ਜੀ, ਉਹ ਤਾਂ ਬਹੁਤ ਔਖਾ ਸਾਨੂੰ, ਉਹ ਤਾਂ ਸਾਨੂੰ ਬਹੁਤ ਔਖਾ, ਅਸੀਂ ਕਿੱਦਾਂ ਕਰ ਰਹੇ ਹਾਂ ਸਾਨੂੰ ਪਤਾ। ਮੈਂ ਈਵਨ ਕਿ ਜਦੋਂ ਦੇ ਹਸਬੈਂਡ ਗਏ ਉਸ ਤੋਂ ਬਾਅਦ ਮੈਂ ਵੀ ਬੈੱਡ ਰਿਡਨ ਔਰ ਬੈੱਡ 'ਤੇ ਹੀ ਸੀ ਔਰ ਬਿਮਾਰ ਰਹੀ ਹਾਂ, ਅਤੇ ਹੁਣ ਮੈਡੀਸਿਨ ਦਾ ਖਰਚਾ ਕਰ ਰਹੀ ਹਾਂ, ਬਹੁਤ ਔਖੇ ਤਰੀਕੇ ਨਾਲ ਕਰ ਰਹੇ ਹਾਂ ਅਸੀਂ। ਮੇਰਾ ਬੱਚਾ ਹੈ ਹਜੇ 21 ਸਾਲਾਂ ਦਾ, ਉਸਨੂੰ ਪੜ੍ਹਾਈ ਛੱਡਣੀ ਪਈ, ਪੜ੍ਹਾਈ ਛੱਡ ਕੇ ਉਹ ਆਪਣਾ ਛੋਟੀ ਜਿਹੀ ਉਮਰ 'ਚ ਨੌਕਰੀ ਕਰ ਰਿਹਾ, ਅਤੇ ਹੁਣ ਅੱਜ ਆਪਣੇ ਸਾਰੇ ਮਾਂ ਦੀ ਵੀ ਦਵਾਈ ਦਾ ਖਰਚਾ ਕਰ ਰਿਹਾ ਅਤੇ ਘਰ ਦਾ ਵੀ ਕਰ ਰਿਹਾ। ਹਾਂਜੀ, ਜ਼ਿੰਮੇਵਾਰੀ ਚੱਕ ਰਿਹਾ, ਬਹੁਤ ਔਖਾ ਹੋ ਰਿਹਾ ਸਾਨੂੰ ਜੀ, ਬਹੁਤ ਮੁਸ਼ਕਿਲ ਹੋ ਰਹੀ। ਸਰਦਾਰ ਤਰਲੋਕ ਸਿੰਘ ਦੇ ਸਵਰਗਵਾਸ ਹੋਣ ਦਾ ਕਾਰਨ ਫਿਲਿਪਸ ਦੀ ਮੈਨੇਜਮੈਂਟ ਨੂੰ ਮੰਨਦੇ ਹੋ? ਹਾਂਜੀ। ਕੀ ਆ ਰਿਹਾ ਇਸ ਟਾਈਮ ਮਨ 'ਚ? ਸੋ ਦਰਦ ਜਿਹੜਾ ਹੈਗਾ, ਅੱਖਾਂ 'ਚ ਹੰਝੂ ਜਿਹੜੇ ਨੇ, ਪੀੜ ਕਦੋਂ ਹੁੰਦੀ ਹੈ? ਕਹਿੰਦੇ ਜਦੋਂ ਦਰਦ ਹੁੰਦਾ ਹੈ, ਅਤੇ ਇਹ ਢਿੱਡ 'ਤੇ ਮਾਰੀ ਗਈ ਲੱਤ ਹੈ ਕਈ ਪਰਿਵਾਰਾਂ ਦੇ। ਹੋਰ ਵੀ ਮੁਲਾਜ਼ਮ ਨੇ ਜਿਹੜੇ ਗੱਲਬਾਤ ਕਰਾਂਗੇ। ਬਜ਼ੁਰਗੋ, ਤੁਸੀਂ ਵੀ ਨੌਕਰੀ ਕੀਤੀ ਹੈ? ਤੁਹਾਡਾ ਕੋਈ ਘਰ ਲੱਗਿਆ ਹੋਇਆ ਸੀ? ਬੇਟਾ ਕਰਦਾ ਸੀ। ਬੇਟਾ ਕਿੰਨਾ ਚਿਰ ਬੇਟੇ ਨੌਕਰੀ ਕੀਤੀ? ਬੇਟੇ ਪਹਿਲੇ ਤਾਂ ਕੱਚਾ ਹੀ ਸੀ, ਬਾਅਦ 'ਚ ਪੱਕਿਆ ਹੋਇਆ ਸੀ, ਜਦੋਂ ਪੱਕਾ ਉਸ ਤੋਂ ਬਾਅਦ ਇਹਨਾਂ ਨੇ ਕੱਢ ਦਿੱਤੇ। ਅੱਛਾ, ਫਿਰ ਵੀ ਕਿੰਨੇ ਕੁ ਸਾਲ ਲਾਏ ਬੇਟੇ ਨੇ ਫੈਕਟਰੀ 'ਚ? ਵੈਸੇ 8-10 ਸਾਲ ਕੀਤੇ ਉਹਨਾਂ ਨੇ। ਅੱਛਾ, ਅਤੇ ਫਿਰ ਜਦੋਂ ਬੰਦ ਹੋਈ ਫੈਕਟਰੀ, ਕੱਢਿਆ ਗਿਆ ਬੇਟੇ ਨੂੰ? ਹਾਂਜੀ। ਉਸ ਤੋਂ ਬਾਅਦ ਘਰ ਦੀ ਹਾਲਤ? ਉਸ ਤੋਂ ਬਾਅਦ ਫਿਰ ਉਹੀ ਕਮਾਉਣ ਵਾਲਾ ਸੀ ਸਾਡੇ ਤਾਂ। ਅੱਛਾ,
ਸਾਡੇ ਤਾਂ ਉਹੀ ਕੰਮ ਕਰਦੇ ਸਾਡੇ ਹੁਣ ਤਾਂ ਸਾਡੇ ਕਮਾਣੇ ਵਾਲਾ ਕੋਈ ਉਹਦੀ ਡੈਥ ਹੋ ਗਈ ਕਿਸ ਤਰ੍ਹਾਂ 2020 ਚ ਬਿਮਾਰ ਹੋਇਆ ਕੀ ਹੋਇਆ ਬਸ ਟੈਨਸ਼ਨ ਰਹਿੰਦਾ ਟੈਨਸ਼ਨ ਨਾਲ ਹੀ ਬਸ ਇਹ ਕੰਮ ਦੀ ਟੈਨਸ਼ਨ ਨੌਕਰੀ ਦੀ ਕਿੰਨੀ ਉਮਰ ਸੀ ਉਦੋਂ ਬੇਟੇ ਦੀ ਉਦੋਂ ਸੀ 35 ਸਾਲ 32 ਸਾਲ ਅੱਛਾ ਉਮਰ ਵੀ ਕੁਛ ਨਹੀਂ ਸੀਗੀ 2 ਸਾਲ ਹੋ ਗਏ ਤਿੰਨ ਡੈਥ ਹੋਈ ਨੂੰ ਮੈਂ ਡੈਥ ਹੋਈ ਸੀ 20 ਚ 3 ਸਾਲ 3 ਸਾਲ ਲਾ ਲਓ ਮੋਟੇ ਮੋਟੇ ਸੋ ਇਹ ਉਹ ਸਾਰਿਆਂ ਦਾ ਦਰਦ ਤੁਹਾਡੇ ਚਿਹਰਿਆਂ 'ਤੇ ਇਹਨਾਂ ਦੇ ਦਿਖਦਾ ਪਿਆ ਮੁਲਾਜ਼ਮ ਹੋ ਫਿਲਿਪਸ ਦੇ ਹਾਂਜੀ ਮੁਲਾਜ਼ਮ ਹੈ ਅੱਛਾ ਕਿੰਨੇ ਸਾਲ ਕੀਤੀ ਨੌਕਰੀ 18 ਸਾਲ ਨੌਕਰੀ ਕੀਤੀ 18 ਸਾਲ ਜਵਾਨੀ 'ਚ ਨੌਕਰੀ ਮਿਲ ਗਈ ਸੀ 18-20 ਸਾਲ ਦੇ ਹੋਣੇ ਉਦੋਂ ਪਲੱਸ ਟੂ ਕਰਦੀ ਸਾਰੇ ਨੌਕਰੀ ਲੱਗ ਗਈ ਸੀ ਖੁਸ਼ੀ ਬੜੀ ਹੋਈ ਹੋਣੀ ਉਦੋਂ ਤਾਂ ਫਿਰ ਵੀ ਰੋਜ਼ਗਾਰ ਮਿਲ ਗਿਆ ਔਰ ਬਹੁਤ ਖੁਸ਼ੀ ਹੋਈ ਜਦੋਂ ਕੱਢੇ ਉਹ ਤੋਂ ਬਹੁਤ ਜ਼ਿਆਦਾ ਦੁੱਖ ਹੋਇਆ ਹੁਣ ਤਾਂ ਦੇਖੋ ਜੀ ਇੱਕ ਉਮੀਦ ਦੀ ਕਿਰਨ ਸੀ ਭਗਵੰਤ ਮਾਨ ਇਮਾਨਦਾਰੀ ਦੀ ਨਾਂ ਲੈ ਕੇ ਇਮਾਨਦਾਰੀ ਦਾ ਮਖੌਟਾ ਪਹਿਨ ਕੇ ਸਰਕਾਰ ਬਣਾਈ ਸੀ ਕੀ ਭਗਵੰਤ ਮਾਨ ਸਰਕਾਰ ਨੂੰ ਪਤਾ ਨਹੀਂ ਹੈਗਾ ਕੇਸ ਕਰਿਆ ਮੰਤਰੀ ਇੱਕੋ ਚਪੜਾਸੀ ਦੀ ਅਹਿਮੀਅਤ ਰੱਖਦਾ ਉਹ ਮੈਨੇਜਮੈਂਟ ਦੇ ਸਾਹਮਣੇ ਲੇਬਰ ਡਿਪਾਰਟਮੈਂਟ ਦਾ ਡਾਇਰੈਕਟਰ ਚੱਕਿਆ ਉਹ ਵੀ ਛੋਟਾ ਅਹੁਦਾ ਰੱਖਦਾ ਹੈ ਮੈਨੇਜਮੈਂਟ ਦੇ ਖਿਲਾਫ਼ ਕਿਉਂ ਕਾਰਵਾਈ ਨਹੀਂ ਹੋ ਰਹੀ ਜਿਹੜੇ ਇੱਕ ਸਵਾਲ ਹੈ ਤੁਹਾਡਾ ਇੱਕ ਸਵਾਲ ਆ ਗੁੱਲ ਮੋਹਰ ਜਿਹੜੀ ਹੈਗੀ ਆ ਗੁੱਲ ਮੋਹਰ ਦੇ ਕੋਲ ਪੈਸਾ ਨਹੀਂ ਸੀ ਇਹਦੇ 'ਚ ਪੈਸਾ ਲੱਗਿਆ ਬੀਜੇਪੀ ਦੇ ਲੀਡਰਾਂ ਦਾ ਕਾਂਗਰਸ ਦੇ ਲੀਡਰਾਂ ਦਾ ਨਾਮ ਹੈ ਨੇ ਚੇਤੇ ਨਾਮ ਹੈ ਜੀ ਦੱਸੋ ਬੀਜੇਪੀ ਦੇ ਹੈਗੇ ਕਿੰਨਾ ਕੁ ਰਕਮ ਨਹੀਂ ਪਤਾ ਹੈਗਾ ਬੀਜੇਪੀ ਦੇ ਉਹਨਾਂ ਦਾ 21 ਕਰੋੜ ਰੁਪਈਆ ਲੱਗਿਆ ਵਿਸ਼ਿਸ਼ਟ ਕਿਹੜੇ ਪੂਰਾ ਨਾਮ ਉਹ ਤੋਂ ਬਾਅਦ ਜੀ ਆਪਣੇ ਜਿਹੜੇ ਮੌਜੂਦਾ MLA ਆ ਜੇ ਇਹਨਾਂ ਦਾ 7 ਕਰੋੜ ਰੁਪਈਆ ਲੱਗਿਆ ਹੋਇਆ ਭਗਵੰਤ ਮਾਨ ਸਰਕਾਰ ਨੂੰ ਪਤਾ ਨਹੀਂ ਹੈਗਾ ਕਿਉਂ ਨਹੀਂ ਕਰਦੀ ਕਾਰਵਾਈ ਮੈਨੇਜਮੈਂਟ ਦੇ ਖਿਲਾਫ਼ ਇਹਨਾਂ ਦਾ ਪੈਸਾ ਗੁਲਮੋਹਰ 'ਚ ਲੱਗਿਆ ਹੋਇਆ ਗੁਲਮੋਹਰ ਦੇ ਵਿੱਚ ਲੱਗਿਆ ਹੋਇਆ ਜੀ ਇਹਨਾਂ ਦਾ ਪੈਸਾ ਅੱਛਾ ਇਹ ਇਮਾਨਦਾਰ ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਉਹਦੀ ਜੜ ਦੇ ਵਿੱਚ ਇਹ ਕੰਮ ਹੋ ਰਿਹਾ ਚੰਡੀਗੜ੍ਹ ਵਰਗੇ ਸ਼ਹਿਰ ਦੇ ਨਾਲ ਮੋਹਾਲੀ ਦੇ ਵਿੱਚ ਹੈ ਭਗਵੰਤ ਮਾਨ ਜੀ ਸਾਨੂੰ ਬੁਲਾ ਲੈਣ ਅਸੀਂ ਦੱਸ ਦਿੰਦੇ ਹਾਂ ਜਾ ਕੇ ਉਹਨਾਂ ਨੂੰ ਸਾਡੇ ਕੋਲ ਵੀ ਕੁਛ ਇਮਾਨਦਾਰ ਲੀਡਰ ਹੈਗੇ ਆ ਜਿਹੜੇ ਸਾਨੂੰ ਹਾਲੇ ਤੱਕ ਫਿਰ ਜਿਹੜੀ ਕਾਰਵਾਈ ਹੋਈ ਉਹ ਕੀ ਸਮਝ ਰਹੇ ਹੋ ਵੀ ਘੱਟਾ ਹੀ ਪਾਇਆ ਤੁਹਾਡੀ ਅੱਖਾਂ 'ਚ ਅੱਜ ਦੀ ਡੇਟ ਤੱਕ ਦਾ ਘੱਟਾ ਹੀ ਆ ਸਾਡੇ ਜਦ ਤੱਕ ਮੈਨੇਜਮੈਂਟ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਹੈਗੀ ਜਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਮੰਨਦੇ ਹੈਗੇ ਮੈਨੇਜਮੈਂਟ ਆਜ਼ਾਦ ਘੁੰਮ ਰਹੀ ਆ ਮੈਨੇਜਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡਾ ਵਰਕਰ ਮਰ ਰਿਹਾ ਹੈ ਬਿਨਾਂ ਵਜ੍ਹਾ ਤੋਂ ਮਰ ਰਿਹਾ ਹੈ ਹੁਣ ਤੁਸੀਂ ਕੀ ਕਰਦੇ ਹੋ ਬੰਦ ਹੋਣ ਤੋਂ ਬਾਅਦ ਫੈਕਟਰੀ ਘਰ ਦਾ ਖਰਚਾ ਕਿੱਦਾਂ ਚਲਾਉਂਦੇ ਹੋ ਬਸ ਜੀ ਆਪਣਾ ਕੰਮ ਕਰੀਦਾ ਘਰੇ ਖੇਤੀਬਾੜੀ ਦਾ ਕੰਮ ਕਰੀਦਾ ਹੈ ਖੇਤੀਬਾੜੀ ਵੀ ਤੁਹਾਨੂੰ ਕੁਦਰਤ ਦੇ ਕਹਿਰ ਦੇ ਨਾਲ ਤੁਹਾਨੂੰ ਪਤਾ ਹੀ ਆ ਹੜ ਆ ਗਏ ਕਦੇ ਉਹ ਜਿਹੜੀ ਨੌਕਰੀ ਸੀ ਤਨਖਾਹ ਸੀ ਉਹਦੇ ਨਾਲ ਪੂਰਾ ਹੁਣ ਪੂਰਾ ਪੈ ਜਾਂਦਾ ਉਹਦੇ ਵਰਗਾ ਕਿ ਨਹੀਂ ਨਹੀਂ ਜੀ ਨਹੀਂ ਮੁਸ਼ਕਲ ਆਈ ਬਹੁਤ ਜ਼ਿਆਦਾ ਬਹੁਤ ਔਖਾ ਲੱਗ ਰਿਹਾ ਟਾਈਮ ਕੀ ਕਹਿੰਦੇ ਹੋ ਭਾਜੀ ਹਾਲੇ ਤੱਕ ਜੋ ਸਾਰਾ ਇਹ ਐਪੀਸੋਡ ਹੋਇਆ ਫਿਲਸ ਦੇ ਮੁਲਾਜ਼ਮਾਂ ਨਾਲ ਜੋ ਹੋ ਰਿਹਾ ਹਾਂਜੀ ਹਾਂਜੀ ਕੀ ਕਹਿੰਦੇ ਹੋ ਇਹਦੇ ਬਾਰੇ ਦੇਖੋ ਜੀ ਫਿਲਿਪਸ ਦੇ ਮੁਲਾਜ਼ਮ ਨਾਲ ਧੱਕਾ ਹੋ ਰਿਹਾ ਜੀ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਇਹਨਾਂ ਨੂੰ ਫਿਲਿਪਸ ਦੇ ਵਰਕਰ ਨੂੰ ਇੰਪਲਾਈਜ਼ ਨੂੰ ਹਰ ਇੱਕ ਸਿਆਸਤਦਾਨ ਇਹਨੂੰ ਵਰਤਦਾ ਹੈ ਯੂਜ਼ ਕਰਦਾ ਹੈ ਸਾਈਡ 'ਤੇ ਛੋੜ ਦਿੰਦਾ ਐਗਜ਼ਾਮਪਲ ਹੈਗਾ ਮੋਹਾਲੀ ਦੇ MLA ਅੱਛਾ ਉਹਨਾਂ ਦੇ ਪੁੱਤਰ ਨੇ ਵੀ ਵੋਟਾਂ ਤੋਂ ਪਹਿਲਾਂ ਸਾਡੀ ਪੂਰੀ ਟੀਮ ਨੇ ਆਪ ਵੀ ਵੋਟਾਂ ਪਾਈਆਂ ਆਪਣੇ ਰਿਸ਼ਤੇਦਾਰ ਤੋਂ ਵੀ ਵੋਟਾਂ ਪਾਈਆਂ ਆਪਣੇ ਦਿਨ ਰਾਤ ਅਸੀਂ 3 ਮਹੀਨੇ ਸੀ ਸਾਰੀ ਟੀਮ ਸਾਡੀ ਉਹਨਾਂ ਦੀ ਟੀਮ ਦੇ ਨਾਲ ਰਹੀ ਪਰ ਜਦੋਂ ਵੋਟਾਂ ਤੋਂ ਬਾਅਦ ਉਸ ਬੰਦੇ ਨੇ ਅੱਜ ਤੱਕ ਕਿਸੇ ਵੀ ਸਾਡੇ ਫਿਲਿਪਸ ਇੰਪਲਾਈਜ਼ ਦਾ ਕੋਈ ਵੀ ਸਾਰ ਨਹੀਂ ਲਈ ਹੈਗੀ ਵੀ ਅੱਜ ਵੀ ਅਸੀਂ ਸਵੇਰ ਦੇ ਉਹਨੂੰ ਪੋਸਟਾਂ ਪਾ ਰਹੇ ਹਾਂ ਵੀ ਅੱਜ ਸਾਡੇ ਇੱਕ ਸਾਥੀ ਗੁਜ਼ਰ ਚੁੱਕੇ ਉਹਨਾਂ ਦਾ ਅੱਜ ਭੋਗ ਹੈਗਾ ਨਹੀਂ ਆਏ ਹੈਗੇ ਉਹ ਨਾਲੇ ਦਫ਼ਤਰ ਨੇੜੇ ਹੀ ਹੈ ਇੱਥੋਂ ਦਫ਼ਤਰ ਨਾਲੇ ਬਿਲਕੁਲ ਨੇੜੇ ਹੀ ਹੈ ਕਿਸੇ ਨੂੰ ਭੇਜ ਤਾਂ ਸਕਦੇ ਸੀਗੇ ਕਿਸੇ ਨੂੰ ਭੇਜ ਸਕਦੇ ਆਪ ਨਹੀਂ ਆ ਸਕਦੇ ਪਰ ਉਹਨਾਂ ਦੇ ਮੁੰਡੇ ਨੇ ਵੀ ਵਾਲੀਆ ਸਿੰਘ ਦੇ ਸ਼ੋਰੂਮ ਦੇ ਵਿੱਚ ਜਾ ਕੇ ਨੀਚੇ ਸੋਹਾਂ ਖਾਧੀਆਂ ਸੀ ਸਾਡੇ ਨਾਲ ਵੀ ਤੁਹਾਡੇ 1500 ਬੰਦੇ ਨਾਲ ਅਸੀਂ ਖੜ੍ਹੇ ਹਾਂ ਤੁਹਾਡਾ ਦਰਦ ਸਾਡਾ ਆਪਣਾ ਦਰਦ ਹੈ ਪਰ ਵੋਟਾਂ ਤੋਂ ਬਾਅਦ ਅਫਸੋਸ ਹੈ ਨਹੀਂ ਸਾਨੂੰ ਸਾਈਕਲ ਤੱਕ ਨਹੀਂ ਉਹਨਾਂ ਨੇ ਸਾਨੂੰ ਦਿਖਾਈ ਹੈਗੀ ਅਸੀਂ ਆਫਿਸ ਜਾਂਦੇ ਹਾਂ ਪਰ ਨਹੀਂ ਮਿਲਦੇ ਸਾਨੂੰ ਦੁਖਦਾ ਦਿਲ ਦੁਖਦਾ ਰੋਣਾ ਆਉਂਦਾ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਦੁਖਦਾ ਸਰ ਸਾਨੂੰ ਇਨਸਾਫ਼ ਚਾਹੀਦਾ ਸਰ ਕੋਈ ਬੰਦਾ ਵੀ ਹੋਵੇ ਕਿੰਨਾ ਨਾਮ ਜਿਹੜੇ ਲਏ ਜਾ ਰਹੇ ਨੇ ਕਿਹੜੇ ਮੰਤਰੀ ਦੇ ਕਿੰਨੇ ਪੈਸੇ ਲੱਗੇ ਹੋਏ ਨੇ ਇਸ ਗੁਲਮੋਹਰ ਕੰਪਨੀ ਦੇਖੋ ਜੀ ਬੜੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਇਸ ਇਲੈਕਸ਼ਨਾਂ ਵਿੱਚ ਹੁਣ ਦੇਖੋ ਇਸ ਸਕੈਮ ਵਿੱਚ 121 ਕਰੋੜ ਦੀ ਰਜਿਸਟਰੀ ਹੋਈ ਆ ਉਸ ਟਾਈਮ ਗੁਲਮੋਹਰ ਨੇ ਕੀਤੀ ਆ ਔਰ ਤਿੰਨੇ ਲੀਡਰਾਂ ਦੇ ਪੈਸੇ ਲੱਗੇ ਹੋਏ ਨੇ ਇੱਥੇ ਤ੍ਰਿਮੂਰਤੀ ਬਣ ਗਈ ਉਹਨਾਂ ਦੀ ਇਕੱਠੇ ਹੋ ਗਏ ਇੱਥੇ ਇਕੱਠੇ ਹੋ ਗਏ ਜਿੱਥੇ ਅਸੀਂ ਵੋਟਾਂ ਪਾ ਰਹੇ ਆ ਤਿੰਨਾਂ ਨੇ ਇਨਵੈਸਟ ਕੀਤੇ ਆ ਜੀ ਰਕਮ ਕੋਈ ਦੱਸ ਸਕਦੇ ਹੋ ਕਿੰਨੇ ਕਿੰਨੇ ਰਕਮ ਹੈ ਜੀ 3 ਕਰੋੜ 7 ਕਰੋੜ MLA ਆਪ 55 ਸਭ ਤੋਂ ਜ਼ਿਆਦਾ ਬੀਜੇਪੀ ਵਾਲੇ ਹਾਂਜੀ ਜੇ ਨਹੀਂ ਆ ਉੱਥੇ ਵਿਜੀਲੈਂਸ ਜਾ ਕੇ ਜੋ ਇਹਨਾਂ ਦੇ ਬੈਂਕ ਡਿਟੇਲ ਆ ਉੱਥੇ ਜਾ ਕੇ ਕਢਵਾ ਸਕਦੇ ਹੋ ਜੇ ਮੈਂ ਝੂਠ ਬੋਲ ਰਿਹਾ ਠੀਕ ਹੈ ਇਹ ਕਿਉਂ ਨਹੀਂ ਸਾਡੀ ਮਦਦ ਕਰਨਗੇ ਇਹਨਾਂ ਨੂੰ ਤਾਂ
यह है कि असी किसी तरह साडा पैसा ना डुब जाए, उन्होंने 1500 परिवार कुछ नहीं दिख रहा, सानू तो सिर्फ वोटां वक्त कोल आके तलासा दे दिता असी थोड़े नाल हाँ, उस तो बाद ना कोई पुछ ना कोई कुछ, मरदा कोई मरी जाए इन्हों नू कुछ नहीं, सिर्फ अपनी रोटियां सेकनियां और सेक रहे हैं। और फिलिप्स वर्क ना तो बहुत ही ज़्यादा धक्का किया गया वा, सिर्फ वोटां वक्त इन्हों यूज़ किया गया, सिर्फ वोटा लेनिया सीगिया, इन्हों के अपने पैसे इनवैसट किए हुए, आम वर्कर कितने इंसाफ दिला देंगे बंदे। बिल्कुल ठीक है। सो होर भी इतने मुलाजम ने गलबात उन्होंने भी करा, तुम भाजी कि चिर नौकरी की? मैं 20 साल करी है जी नौकरी। अच्छा। मैं अपने हल्के जेडे MLA उन्होंने कहना चाहना थोड़े जरिए कि इस बेटी के आंसू नहीं दिखते उन्होंने, या उस मैडम के आंसू नहीं दिखते तरलोक सिंह की वाइफ के, योजे आंसू बहुत डुल रहे हैं, हर महीने झटके लग रहे सानू, इस बेटी की पढ़ाई खराब हुई है, क्या उन्होंने दिखता नहीं? आपां पहले भी न्यूज़ बनाई सी, तुसी आए सी। बिल्कुल ठीक है। तो मैं यही कहना चाहता MLA साहब नू कि तुसी साडे दर्द नू समझो, साडू जब तक इंसाफ नहीं मिलेगा साडे वर्कर इस तरह ही मरते पे ने, कोई ऑटो चला रहा है, कोई कुछ कर रहा है, कोई सिक्योरिटी गार्ड की नौकरी दिहाड़ियां ते। जी मैं खुद ऑटो चलाना जी। अच्छा। ऑटो चला के बहुत बुरी हालत है जी, मेरी दो बेटियां हैं। अच्छा। तो हुण तुसी सोच सकते हो कि जिंदगी उन्होंने अमीर होकर भी वो कुछ नहीं कर पा रहे, तो असं तो गरीब बंदे देखो कितने वा, ये तो सड़कों के रोले हुए हैं, 10-10 रुपये कट्ठे करके करते हैं जी। मैं तो यह चाहता कि चलो असी तो जींदे हाले, जिहड़ा परिवार दे फादर गए ने इन्हों कोई जॉब या कुछ देना चाह सकते दे सकते हैं, उन्हों की यही बहुत हिम्मत होगी, अगर इन्हों कोई जॉब दे दें, दो बेटे उन्होंने, उन्हों की बेटी है, उन्होंने पढ़ाई भी खराब हो चुकी हुई है, हुण तो खुद तरलोक सिंह जिहड़े इस दुनिया तो जा चुके हैं, तो साडी तो यही बेनती है कि जिहड़ा ये मैनेजमेंट हैगी फिलिप्स की, इन्हां ते कार्रवाई क्यों नहीं होंदी? मेरे साथी ने जिदा बोलिया कि फिले मैनेजमेंट क्यों नहीं कार्रवाई होंगी, मंत्रियों से कार्रवाई हो रही है, सरकार की मिली भुगत हूँ लगती है? बिल्कुल जी बिल्कुल, कोरे कागज वांगू ये बिल्कुल चिट्टे हो चुके हैं जी। असी इलेक्शन बड़ा जोर लाया सारे ने, बड़े गले पाड़े, असी एन गलियां जा जाके इन्हों ते वोटा मंगिया इन्हों, पर इन्होंने जोड़ा साढ़े नाल धोखा किया वो सारी दुनिया दिख गया, सानू कल नहीं दिखा सारी दुनिया दिख रहा है कि इन्होंने की धोखा किया साढ़े नाल। कैसा महसूस कर रहे हैं अभी ये सारे मामले को देख के? सर बहुत गलत फीलिंग हो रही है, मतलब इतनी इंसानियत इतनी गिर गई थी, इतनी गिर गई थी कि जैसे मैं अदर स्टेट से हूँ, मैं जून से हूँ, आप बिहार से? आपने कितने साल नौकरी की? मैं 17 साल जॉब किया यहाँ पे बिहार से आके। जी जी। अच्छा। तो हर महीने जब बच्चों की छुट्टी होती थी ना, गर्मी की छुट्टी में बच्चों को लेके जाता था घर, तो जिस दिन हमारा टिकट फिक्स होता था कि हम इस तरीके को हमको घर जाना ही जाना है, उसी दिन रात को हमारे पास फ़ोन आ गया कि हमारे फादर साहब की तबीयत बहुत ज़्यादा ख़राब है, और उसके अगले दिन निकलना ही था। बड़ी कोशिश किया कि भाई यार मैं निकल जाऊँ, पर संभव नहीं हो पाया, बाई ट्रेन गया मैं, गया तो वहाँ फादर साहब को एक शहर में ले जाके ICU में रखा हुआ था, मतलब कहानी उससे मैं ख़त्म थी, फिर भी वहाँ जाके मैं बड़े हॉस्पिटल में ले गया, अकबर सर में ले गया, फादर साहब नहीं मतलब एक्सपायर हो गए, फिर उनकी डेड बॉडी मैं पिंड में गाँव में ले आया, गाँव में ले आके मैं संस्कार करके मैं फिलिप्स के जो हमारा छुट्टी था उनको मैं फ़ोन किया, तो मैं बोलता कि सर हमारे फादर साहब एक्सपायर हो गए, अब हमारे कुछ ज़्यादा टाइम लग सकता है आने में, छुट्टी थोड़ी सी मतलब मैं लेट आऊँगा। उन्होंने फट एक हमारे एक HOD होता था जिसका नाम था JT Chore, वो HOD ने बदमाश टाइप का था बंदा, वो मतलब वो सरेआम बोलता कि जो बंदा नहीं जान देता वो तो मेरे पास ले आओ, मतलब किसी को गाली निकाल देना, बिल्कुल सरेआम गुंडागर्दी करता था। आपको भी 17 साल बाद निकाल दिया गया? निकाल दिया सर। तो वो फ़ोन छीन के बोलता कि अभी तू फ़ोन बोल दे, अभी तू फोन पे ही बोल दे तो मैं तुम्हारी रिजाइन एक्सेप्ट कर लूँगा, जबकि मैं ये मैसेज देने के लिए फ़ोन किया था कि हमको हमारे फादर साहब एक्सपायर हो गए, मैं डिले हो जाऊँगा, छुट्टी चाहिए। इतनी तक इंसानियत गिर गई थी। तो भी भाजी नौकरी की थी फिलिप? मैं 25 साल नौकरी कर। 25 साल? 25 साल। तो फिर जब बंद हुई उस तो बाद? बंद हुई बैठे चल चल मैंने बोलने जाना कोई नहीं, पैरालाइज हो गया ना। अच्छा। हाँ जी। बंद होने तो बाद होया 18 जी बंद हुई फैक्ट्री? 18 जी बंद हुई। अच्छा। फैक्ट्री से लग गया सी आ नहीं कोई टेंशन टूशन लैन लग गए सी ता होया फिर पर जान इत्ता सी मैं। अच्छा। टेंशन लग ला मुड़के की करदे हो फिर, घर दा खर्चा कितना चलदा है? 45 लग गए मेरे एक्सीडेंट है। अच्छा। 16 च लग गए सी मैनू। अच्छा। मुड़के नहीं पैर लगे फैक्ट्री बंद होने तो बाद? बंद नहीं।
सो सारे मुलाजम। हाँ जी, होर कुछ कहना? असीं मान साहब नूं कहना चाहुंदे आ, जे उहदी इंटैलीजेंसी नहीं कम करदी ना तां असीं चार बंदे लड़ रहे हां 7 साल तो केस। 7 साल ते जे आपां कोई बुक पढ़ीए ना, पूरी बुक पढ़ के आपां कल्ले कल्ले पेज ते पता लग जांदा की लिखिया होया। सानूं चारे बंदिआं नूं कल्ला कल्ला पता है किदां घोटाला होया, क्या कुछ होया, सातों पुछ ले। निक्की तो निक्की गल पता, निक्की तो निक्की गल सानूं पता है। हुण सानूं इह वी पता है तुहाडे माध्यम नाली असीं बोलता, साडी जान नूं वी खतरा हो सकदा है। सानूं पहलां वी इह धमकियां दवा चुके हां बाहरों, हुण खतरा भी हो सकदा है। क्यों इन्ना वड्डा केस उजागर करना, एक तरह का माफिया गल पंगा लेने वाला काम आए। असीं डरदे नहीं हैगे, बिल्कुल नहीं डरते है, पर मान सरकार का एक टैस्ट आ हुण इमानदारी का। जी के खिलाफ कार्रवाई करते हैं, खिलाफ कार्रवाई करते हैं, मैनेजमेंट के खिलाफ कार्रवाई करते हैं। सब तो वड्डा जिहड़ा मैनेजमेंट माफिया है, सरकार नूं चूना लाया है, पंजाब नूं चूना लाया है, मैनेजमेंट के खिलाफ कार्रवाई क्यों नहीं हो रही है? मोहाली वर्गे शहर च 500 तो उपर दरख्त, 20-25 साल पुराने दरख्त, एक कोई परमिशन नहीं, कोई कुछ नहीं, सारे दरख्त ही कट दे। अच्छा, की लगता है जिदा थोड़े साथी दस रहे ने मुलाजम मंत्री जिहड़े नाम ले जा रहे, यही जिम्मेवार है फैक्टरी की बर्बादी लई? इहदे विच जी मैं तुहाडे चैनल दे मेरी माध्यम राणी कहना चाहुंदा, इहदे विच मैनेजमेंट ने बहुत धक्का करिया जी, ते बड़ी चंगे भले परिवार चलते सी, बहुत प्यार वधिया काम चलता सी, रुजगार का साधन सी, क्योंकि असीं उत्थे डुब्बे जाके जिन्हां दीआं उम्र हो गईआं ते ओह कित्थे जाके धक्के खाण साल टप्प के जदों हाँ जी हाँ जी ते धक्के खाण नूं मजबूर हो गए, कोई सिक्योरिटी गार्ड लग्गिआ वा जी, ते इहदे करके लोग डिप्रैशन च आ गए, ते हालात बाहर फील्ड च बहुत माड़े आ जी। क्या कहना चाहेंगे आप? मैं तो यही कहूँगा कि पुलिस मैनेजमेंट के ऊपर भी FIR दर्ज, क्योंकि जो हमारे साथ हुआ आज इनकी आंसू देख, हमारे आँख से आंसू आ रहा, आज इतना दुख हुआ कि हमारे एक साथी जाने से वो भी, आपका हाल भी यही होना है, यही होगा, हो भी रहा, करीब 50 से ऊपर हमारे साथी गुजर चुके हैं, हालात हमारी भी ऐसा ही है, आज उनके साथ हुआ कल हमारे साथ भी होने वाला है, तो हमें यही रिक्वेस्ट करूंगा आपके जरिए, जिम्मेदार फिलिप्स को मानते हैं मैनेजमेंट, पुलिस मैनेजमेंट पहले, पुलिस मैनेजमेंट बाकी और अफसर बाद में, पुलिस मैनेजमेंट के ऊपर FIR दर्ज होना चाहिए, क्योंकि मेरे को 27 साल नौकरी करते हुआ यहाँ पर, आज भी टेंशन में मेरी वाइफ है, आधी जिंदगी बीत गई है, मेरी वाइफ का 16 से ट्रीटमेंट हो रहा PGI से, मेंटली दिमाग में प्रॉब्लम है उसको, बंद होने के बाद ही हुआ सब? हाँ, सब उसके बाद ही हुआ जी, और क्या मैं ज्यादा कहूँ, आंसू आ रहा मेरे को। सो कहते मर्द नु दर्द नहीं हुंदा, पर तुहानू इत्थे दर्द भी नजर आएगा, होर भी खड़े ने, की कहने भी ये फैक्ट्री बंद होने की कोई वजह सीगी या मैनेजमेंट के मन च बवानी आई? मैनेजमेंट के मन च बवानी आई है जी, इस करके हुआ जी, वो जो प्लाट नू बेचना चाहते थे जी, वो करके भी वर्कर चुभन लग गया जी, हाँ जी, बाकी इस टाइम सारे बंदे सिक्योरिटी काम कर रहे हैं जी, आप सरकारी बंदे ने पूछे जी, मान लो अज बंदे टाइम जी भी सरकारी बंदा कोई भी 50 तो घट नहीं है जी, बिल्कुल ठीक है, तो महंगाई वे वास्ते भी बाजार के उ है जी, जो अज बंदा कोई सिक्योरिटी लगे भी 10,000 तो उपर में दे नहीं रहा जी, कोई भी 2,000 तो तनखा नहीं मिलती, 300 रुपया रोज का हो गया, दिहाड़ी होगी, पर मजदूर की ज्यादा मिलना तो 600-700 रुपये रोड़ी कुटना लगा फिर। हाँ जी हाँ जी, इस टाइम सर जो बंदा 12 घंटे ड्यूटी कर रहा है जी, उन्होंने 10,000 तो उपर कोई दे नहीं रहा जी, जो बंदा मान लो कंपनी काम कर रहा है उस टाइम मतलब 24-25,000 मिला सी जी, आधे टाइम बंद प्रमोशन हो रही है, जो बंदा 25 तो 10 से आ गई जी, पिछे आ गए, हाँ पिछे आ गए, इस करके भी घर का गुजारा चलाना बहुत औखा जी, हाँ जी, इस करके बंदे कोई डिप्रैशन च लैके जी बीमार हो रहे हैं जी। की कहना चाहोगे भाजी? वह खाल साहब वाही फतेह जी, मेरी जवानी सन 1985 की हैगी जी, तो 1985 तो लगे 2016 तक बिल्कुल ठीक ठाक से जी, कोई दिक्कत सी, कंपनी वधिया चल रही थे, लेकिन जिमें 2016 के सानू थ्रेड कराया गया कि तुम VRS लै लो, VRS लै लो, फार्म भरो, सैन करो, कई बार उत्थे बुला लेना दफ्तर कि आके सैन करो, कई बार गए भी है, कई कोई ना कोई बहाना लेके निकले भी है उत्थों, भाई कई बार इन्ने फस जाते कि निकलना मुश्किल हो जाता, अगर सैन कर दो जी, नहीं तो फिर तुम घर जाओ, VRS से सैन कर दो, फार्म नहीं घर जाओ, फिर तुम थोड़े वास्ते कोई काम नहीं है, एक दिन की हो दिमाग तो आएगा चल यार जाना तो है, हूँ करके फार्म सैन करो, वो जिमें असी फार्म सैन कराया कर जाके इन्नी टेंशन हो गई, 2016 के मैं VRS ले सी, सितंबर अक्टूबर का महीना सी, यही महीना सी जी, घर जाके तो इन्नी टेंशन हो गई, 2 महीने मैं इन्नी टेंशन रही है कि तीजे महीने तो फिर मैं पैरालाइज हो गया, बिल्कुल डेड हो गया, रंग हो गया सारे कुछ, हूँ थोड़ा जगह सही होया माड़ा जगह, पर हाले भी वो चीज़ नहीं हैगी, बिल्कुल बैड तो है, लैटरिंग बाथरूम सारा कुछ, रोटी पानी बच्चे खिलाते
उस तो बाद हौली हौली चलो जिदा भी इंप्रूवमेंट हुई हैगी है कि मन मैनेजमेंट के मन च बेमानी आई तो ही हालत हुई है मैनेजमेंट तो बेईमानी तो शुरू तो सी जी असं उस चीज़ में समझ नहीं पाए है सानू यह सू लालच यह दिया कि जो तीन बी आर एस ले लोगे वो थोड़ा बस ड्यूटी दबा रख लेंगे दबा ड्यूटी रखेंगे असं विश्वास के चलो ड्यूटी रखेंगे चलो कोई गल नहीं कंपनी की सौ प्लानिंग होंगी हो सकता असं कंपनी सस दवा चलो माड़ा मोटा वर्कर सारे नहीं सोचे भी चलो दोबारा ड्यूटी मिल जाएगी धोखा ही हो गया वो उत्थे फिर की कहना चाहते हो देखो असं ये कहना चाहता मैं देखो जी ये पंजाब सरकार का 700 करोड़ का घपला होया तहलका मच गया सारे पंजाब दे बड़े बड़े अफसर के ऊपर एफ आई आर हो गई सी सिर्फ पैसे करके पंजाब का पैसा खाधा इन्होंने उस तो बाद सोचने की गल यह है भी जी फिलिप्स मैनेजमेंट है 1500 बंदे का शोषण किया जिन्होंने जिन्हें कतलेआम किया 1500 बंदे का उस मैनेजमेंट के ऊपर कोई कार्रवाई नहीं अज तक मैं मान मान सरकार को कहना चाहता हाँ भी सब तो पहले फिलिप्स मैनेजमेंट के ऊपर कार्रवाई कर 1500 इंप्लाइज है उन्होंने कोई इंसाफ मिलता है कहिंदे भी एवरेज ला के चलीए 2018 च फैक्टरी बंद होने तो बाद हर महीने एक बंदा चढ़ाई करता जा रहा इस दुनिया तो जा रहा सिर्फ इस आस विच कि फिलिप्स ने जिन्ना मिली नाइंसाफी की बेईमानी की मैनेजमेंट ने उन्हें कार्रवाई होवे गलत करने वाले जेलों के पिछे पहुँचन ताकि उन्होंने भी इंसाफ मिल सके किन्नी जल्दी है इंसाफ मिलता साढ़े हुक्मराना तय है विजय शोक के नाल बलजीत मरवाहा मोहाली।